ਮਾਹੌਲ ਬਹੁਤ ਵਧੀਆ, ਅਮਨ ਪੂਰਵਕ ਵੋਟਾਂ ਪੈ ਰਹੀਆਂ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ, ਆਈਡੀਆਂ ਨਹੀਂ ਰੱਖੀਆਂ, ਵਧੀਆ ਢੰਗ ਨਾਲ ਵੋਟਿੰਗ। ਸਰ ਜਦ ਦੇਖੇ ਸਰ ਕਿਹੜੇ ਮੁੱਦਿਆਂ ਨੂੰ ਦੇਖ ਕੇ ਬਈ ਵੋਟ ਪਾਈ ਹੈ, ਕਿਉਂਕਿ ਪਿਛਲੀ ਵਾਰੀ ਤੁਸੀਂ ਸਿੱਧੂ ਨੂੰ ਇੱਕ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾ ਐਂਡ ਆਰਡਰ ਦਾ ਹੈ। ਮੁੱਦੇ ਤਾਂ ਵੈਸੇ ਕਾਫੀ ਨੇ, ਵਾਤਾਵਰਨ ਦਾ ਹੈ, ਡੂੰਘੇ ਵਾਟਰ ਲੈਵਲ ਦਾ ਹੈ, ਕਈ ਸਮੱਸਿਆਵਾਂ ਨੇ ਹੋਰ ਸਾਰੀਆਂ ਪੰਜਾਬ ਦੀਆਂ, ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਜ਼ਿਆਦਾ ਲਾ ਐਂਡ ਆਰਡਰ ਵਾਸਤੇ। ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਮਾੜੀ ਹੈ, ਕਿਉਂਕਿ ਉਹਦਾ ਅਸੀਂ ਖਮਿਆਜ਼ਾ ਵੀ ਭੁਗਤਿਆ ਅਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇੰਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਵਾਰਦਾਤ ਦੇ ਵਿੱਚ ਇਨਵੋਲਵ ਵਿਅਕਤੀ ਨੂੰ ਅੱਜ ਤੱਕ ਸਜ਼ਾ ਨਹੀਂ ਹੋ ਰਹੀ। ਤੁਸੀਂ ਸੁਣੀਏ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤਾਂ ਉਹਨੂੰ ਸਜ਼ਾ ਹੋ ਗਈ ਹੋਵੇ, ਉਮਰ ਕੈਦ ਹੋ ਗਈ ਹੋਵੇ ਜਾਂ ਕੁਛ ਹੋਰ, ਕਦੇ ਨਹੀਂ ਹੁੰਦੀ। ਮੁਕੱਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ, ਜਿਹੜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਜੁਡੀਸ਼ਰੀ ਦੇ ਉੱਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਰਿਹਾ, ਜਾਂ ਉਹਨੂੰ ਜਿਹੜੇ ਕੇਸ ਨੇ ਸਹੀ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ, ਉੱਥੋਂ ਤੱਕ ਐਵੀਡੈਂਸ ਨਹੀਂ ਪਹੁੰਚਣ ਦਿੱਤੀ ਜਾਂਦੀ। ਇਹੀ ਕਾਰਨ ਵੀ ਕਿਸੇ ਵੀ ਗੈਂਗਸਟਰ ਨੂੰ ਦੇ ਦਰਜਣਾ ਪਰਚੇ ਹੋਣ ਦੇ ਬਾਵਜੂਦ, ਈਵਨ ਇੱਥੋਂ ਤੱਕ ਹੈ ਵੀ 100-100 ਪਰਚਾ 70-70 ਪਰਚੇ ਹੋਣ ਦੇ ਬਾਵਜੂਦ ਵੀ ਅਦਾਲਤ ਹਾਲੇ ਤੱਕ ਫਾਈਨਲ ਵਧੀਆ ਮਿਸਾਲੀ ਸਜ਼ਾ ਦੇਣ ਤੱਕ ਹਾਲੇ ਤੱਕ ਨਹੀਂ ਪਹੁੰਚੀ ਕਿਤੇ ਵੀ, ਤਾਂ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਨੇ ਸਾਡੇ। ਭਾਈ ਤੁਸੀਂ ਪਿਛਲੇ ਦਿਨੀ ਰਾਹੁਲ ਨੂੰ ਮਿਲੇ ਸੀ, ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਤੁਹਾਨੂੰ ਕਿ ਤੁਹਾਡਾ ਮਸਲਾ ਹੈ ਪਹਿਲ ਦੇ? ਬਿਲਕੁਲ, ਬਹੁਤ ਵਧੀਆ ਮਾਹੌਲ 'ਚ ਰਾਹੁਲ ਜੀ ਨਾਲ ਗੱਲ ਹੋਈ, ਔਰ ਜਿਹੜੀ ਸਭ ਤੋਂ ਵੱਧ ਤਸੱਲੀ ਦੇਣ ਵਾਲੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ ਮਾਨਸਿਕਤਾ, ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਖੁਦ ਵੀ ਨਿਕਲੇ ਨੇ, ਤਾਂ ਉਹਨਾਂ ਨੇ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਇਸ ਗੱਲ ਦਾ ਵੀ ਮੈਂ ਸਮਝ ਸਕਦਾ, ਮੈਨੂੰ ਤੁਸੀਂ ਦੱਸੋ ਨਾ ਇਸ ਗੱਲ ਲਈ ਵੀ ਤੁਸੀਂ ਕਿਸ ਤਰ੍ਹਾਂ ਵਿਚਰ ਰਹੇ ਹੋ। ਮੈਂ ਸਾਰੀ ਸਥਿਤੀ ਤੋਂ ਬਖੂਬੀ ਜਾਣਦਾ ਅਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਤਾਂ ਤੁਹਾਨੂੰ 100% ਮੈਂ ਜਸਟਿਸ ਦੇਊਂਗਾ, ਡੈਫੀਨੇਟ ਦੇਊਂਗਾ, ਮਤਲਬ ਪੂਰੀ ਵਾਅਦੇ ਨਾਲ। ਇਹ ਵੀ ਨਹੀਂ ਕਿਹਾ ਵੀ ਕੋਸ਼ਿਸ਼ ਕਰਾਂਗੇ, ਪੂਰੇ ਦ੍ਰਿੜ ਇਰਾਦੇ ਨਾਲ ਭਰੋਸਾ ਦਿੱਤਾ ਹੈ, ਅਤੇ ਫਿਰ ਆਪਾਂ ਵਿਸ਼ਵਾਸ ਹੀ ਕਰ ਸਕਦੇ ਹਾਂ, ਹੈ ਨਾ। ਜਦੋਂ ਆਪਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਲੜਾਈ ਲੜਨੀ ਹੈ ਤਾਂ ਫਿਰ ਕਿਸੇ ਨਾ ਕਿਸੇ ਧਰਤੀ ਵਿਸ਼ਵਾਸ ਤਾਂ ਕਰਨੀ ਪਊਗਾ। ਅਤੇ ਇੰਡੀਆ ਅਲਾਇੰਸ ਜਿੱਦਾਂ ਦੀਆਂ ਗੱਲਾਂ ਮੈਂ ਸੁਣਦੇ ਹਾਂ ਜਾਂ ਕੋਈ ਉਮੀਦ ਹੈ, ਸਾਨੂੰ ਲੱਗਦਾ ਵੀ ਇੰਡੀਆ ਅਲਾਇੰਸ ਜੇ ਆ ਜਾਵੇ, ਹੈ ਨਾ, ਤਾਂ ਸਾਡੇ ਲਈ ਹੋਰ ਥੋੜ੍ਹਾ ਜਿਹਾ ਸੌਖਾ ਸਾਹ ਆਊਗਾ, ਨਹੀਂ ਫਿਰ ਲਟਕੀ ਤਾਂ ਜਾਂਦੀ ਹੈ, ਹੋਰ ਲਟਕ ਲਾਂਗੇ ਹੋਰ ਕੀ। ਮਾਹੌਲ ਬਹੁਤ ਵਧੀਆ, ਅਮਨ ਪੂਰਵਕ ਵੋਟਾਂ ਪੈ ਰਹੀਆਂ ਬਿਨਾਂ ਕਿਸੇ ਸ਼ੋਰ ਸ਼ਰਾਬੇ ਤੋਂ, ਆਈਡੀਆਂ ਨਹੀਂ ਰੱਖੀਆਂ, ਵਧੀਆ ਢੰਗ ਨਾਲ ਵੋਟਿੰਗ। ਸਰ ਜਦ ਦੇਖੇ ਸਰ ਕਿਹੜੇ ਮੁੱਦਿਆਂ ਨੂੰ ਦੇਖ ਕੇ ਬਈ ਵੋਟ ਪਾਈ ਹੈ, ਕਿਉਂਕਿ ਪਿਛਲੀ ਵਾਰੀ ਤੁਸੀਂ ਸਿੱਧੂ ਨੂੰ ਇੱਕ ਸਾਡੇ ਅੱਗੇ ਤਾਂ ਸਭ ਤੋਂ ਵੱਡਾ ਮੁੱਦਾ ਲਾ ਐਂਡ ਆਰਡਰ ਦਾ ਹੈ। ਮੁੱਦੇ ਤਾਂ ਵੈਸੇ ਕਾਫੀ ਨੇ, ਵਾਤਾਵਰਨ ਦਾ ਹੈ, ਡੂੰਘੇ ਵਾਟਰ ਲੈਵਲ ਦਾ ਹੈ, ਕਈ ਸਮੱਸਿਆਵਾਂ ਨੇ ਹੋਰ ਸਾਰੀਆਂ ਪੰਜਾਬ ਦੀਆਂ, ਪਰੰਤੂ ਸਾਡੇ ਲਈ ਜਿੱਦਾਂ ਮੈਂ ਸਭ ਤੋਂ ਵੱਧ ਲੜ ਰਿਹਾ ਜ਼ਿਆਦਾ ਲਾ ਐਂਡ ਆਰਡਰ ਵਾਸਤੇ। ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਮਾੜੀ ਹੈ, ਕਿਉਂਕਿ ਉਹਦਾ ਅਸੀਂ ਖਮਿਆਜ਼ਾ ਵੀ ਭੁਗਤਿਆ ਅਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਇੰਨਾ ਕਮਜ਼ੋਰ ਹੈ ਵੀ ਅੱਜ ਤੱਕ ਵੀ ਕਿਸੇ ਵਾਰਦਾਤ ਦੇ ਵਿੱਚ ਇਨਵੋਲਵ ਵਿਅਕਤੀ ਨੂੰ ਅੱਜ ਤੱਕ ਸਜ਼ਾ ਨਹੀਂ ਹੋ ਰਹੀ। ਤੁਸੀਂ ਸੁਣੀਏ ਕਦੇ ਵੀ ਕਿਸੇ ਗੈਂਗਸਟਰ ਨੇ ਕੋਈ ਕਤਲ ਕਰਤਾ ਹੋਵੇ ਤਾਂ ਉਹਨੂੰ ਸਜ਼ਾ ਹੋ ਗਈ ਹੋਵੇ, ਉਮਰ ਕੈਦ ਹੋ ਗਈ ਹੋਵੇ ਜਾਂ ਕੁਛ ਹੋਰ, ਕਦੇ ਨਹੀਂ ਹੁੰਦੀ। ਮੁਕੱਦਮਾ ਅੰਜਾਮ ਤੱਕ ਜਾ ਹੀ ਨਹੀਂ ਰਿਹਾ, ਜਿਹੜੀ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਵੀ ਕਿਤੇ ਨਾ ਕਿਤੇ ਜਾ ਕੇ ਸਾਡੀ ਜੁਡੀਸ਼ਰੀ ਦੇ ਉੱਤੇ ਵੀ ਇਹਨਾਂ ਲੋਕਾਂ ਦਾ ਪ੍ਰਭਾਵ ਪੈ ਰਿਹਾ, ਜਾਂ ਉਹਨੂੰ ਜਿਹੜੇ ਕੇਸ ਨੇ ਸਹੀ ਢੰਗ ਦੇ ਨਾਲ ਨਹੀਂ ਬਣਾਏ ਜਾਂਦੇ, ਉੱਥੋਂ ਤੱਕ ਐਵੀਡੈਂਸ ਨਹੀਂ ਪਹੁੰਚਣ ਦਿੱਤੀ ਜਾਂਦੀ। ਇਹੀ ਕਾਰਨ ਵੀ ਕਿਸੇ ਵੀ ਗੈਂਗਸਟਰ ਨੂੰ ਦੇ ਦਰਜਣਾ ਪਰਚੇ ਹੋਣ ਦੇ ਬਾਵਜੂਦ, ਈਵਨ ਇੱਥੋਂ ਤੱਕ ਹੈ ਵੀ 100-100 ਪਰਚਾ 70-70 ਪਰਚੇ ਹੋਣ ਦੇ ਬਾਵਜੂਦ ਵੀ ਅਦਾਲਤ ਹਾਲੇ ਤੱਕ ਫਾਈਨਲ ਵਧੀਆ
ਮਿਸਾਲੀ ਸਜ਼ਾ ਦੇਣ ਤੱਕ ਹਾਲੇ ਤੱਕ ਨਹੀਂ ਪਹੁੰਚੀ ਕਿਤੇ ਵੀ, ਤਾਂ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਨਹੀਂ ਸਾਡੇ। ਭਾਈ ਤੁਸੀਂ ਪਿਛਲੇ ਦਿਨ ਰਾਹੁਲ ਨੂੰ ਮਿਲੇ ਸੀ, ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਤੁਹਾਨੂੰ ਕਿ ਤੁਹਾਡਾ ਮਸਲਾ ਜਿਹੜਾ ਪਹਿਲ ਦੇ? ਹਾਂ ਬਿਲਕੁਲ, ਬਹੁਤ ਵਧੀਆ ਮਾਹੌਲ 'ਚ ਰਾਹੁਲ ਜੀ ਨਾਲ ਗੱਲ ਹੋਈ, ਔਰ ਜਿਹੜੀ ਸਭ ਤੋਂ ਵੱਧ ਤਸੱਲੀ ਦੇਣ ਵਾਲੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਦੀ ਮੇਰੀ ਮਾਨਸਿਕਤਾ, ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਹ ਖੁਦ ਵੀ ਨਿਕਲੇ ਨੇ, ਤਾਂ ਉਹਨਾਂ ਨੇ ਮੈਨੂੰ ਬੜੇ ਵਿਸ਼ਵਾਸ ਨਾਲ ਭਰੋਸਾ ਦਿੱਤਾ ਇਸ ਗੱਲ ਦਾ ਵੀ ਮੈਂ ਸਮਝ ਸਕਦਾ, ਮੈਨੂੰ ਤੁਸੀਂ ਦੱਸੋ ਨਾ ਇਸ ਗੱਲ ਲਈ ਵੀ ਤੁਸੀਂ ਕਿਸ ਤਰ੍ਹਾਂ ਵਿਚਰ ਰਹੇ ਹੋ। ਮੈਂ ਸਾਰੀ ਸਥਿਤੀ ਤੋਂ ਬਖੂਬੀ ਜਾਣਦਾ, ਅਤੇ ਅਗਰ ਮੈਂ ਪਾਵਰ ਦੇ ਵਿੱਚ ਆਉਣਾ ਤਾਂ ਤੁਹਾਨੂੰ 100% ਮੈਂ ਜਸਟਿਸ ਦੇਊਂਗਾ, ਡੈਫੀਨੇਟ ਦੇਊਂਗਾ। ਮੈਂ ਉਹਨੇ ਪੂਰੇ ਵਾਅਦੇ ਨਾਲ ਇਹ ਵੀ ਨਹੀਂ ਕਿਹਾ ਵੀ ਕੋਸ਼ਿਸ਼ ਕਰਾਂਗੇ, ਪੂਰੇ ਦ੍ਰਿੜ ਇਰਾਦੇ ਨਾਲ ਉਹਨੇ ਭਰੋਸਾ ਦਿੱਤਾ। ਅਤੇ ਫਿਰ ਆਪਾਂ ਵਿਸ਼ਵਾਸ ਹੀ ਕਰ ਸਕਦੇ ਹਾਂ ਨਾ, ਜਦੋਂ ਆਪਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਲੜਾਈ ਲੜਨੀ ਹੈ ਤਾਂ ਫਿਰ ਕਿਸੇ ਨਾ ਕਿਸੇ ਧਰਤੀ ਵਿਸ਼ਵਾਸ ਤਾਂ ਕਰਨੀ ਪਊਗਾ। ਅਤੇ ਇੰਡੀਆ ਅਲਾਇੰਸ ਜਿੱਦਾਂ ਦੀਆਂ ਗੱਲਾਂ ਮੈਂ ਸੁਣਦੇ ਹਾਂ ਜਾਂ ਕੋਈ ਉਮੀਦ ਹੈ, ਸਾਨੂੰ ਲੱਗਦਾ ਵੀ ਇੰਡੀਆ ਅਲਾਇੰਸ ਜੇ ਆ ਜਾਵੇ ਹੈ ਨਾ ਤਾਂ ਸਾਡੇ ਲਈ ਹੋਰ ਥੋੜ੍ਹਾ ਜਿਹਾ ਸੌਖਾ ਸਾਹ ਆਊਗਾ, ਨਹੀਂ ਫਿਰ ਲਟਕੀ ਤਾਂ ਜਾਂਦੀ ਹੈ, ਹੋਰ ਲਟਕ ਲਾਂਗੇ ਹੋਰ ਕੀ।